ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਕੌਰਜੀ ਵਲੌਗਸ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਅੱਜ ਦਾ ਵਲੌਗ ਬਹੁਤ ਹੀ ਸਪੈਸ਼ਲ ਹੈ ਬਿਕੋਜ਼ ਮੈਂ ਤੁਹਾਡੇ ਸਾਰਿਆਂ ਲਈ ਲੈ ਕੇ ਆਈ ਹਾਂ ਹਾਊਸ ਟੂਰ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਏਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਐਂਡ ਵਿੱਚ ਜ਼ਰੂਰ ਦੱਸਿਓ ਕਮੈਂਟ ਕਰਕੇ ਤੁਹਾਨੂੰ ਸਾਡਾ ਪਿਆਰਾ ਜਿਹਾ ਹਾਊਸ ਕਿਵੇਂ ਦਾ ਲੱਗਿਆ ਅਤੇ ਵਿਦਆਊਟ ਐਨੀ ਵੇਸਟਿੰਗ ਟਾਈਮ ਚਲੋ ਹੁਣ ਅੰਦਰ ਚੱਲਦੇ ਹਾਂ ਲੈਟਸ ਗੋ घर के अंदर आने सब तो पहले मास्टर बेडरूम आता है आओ तो सारे दिखाइए लुक एट दिस ब्यूटीफुल रूम ए मास्टर बेडरूम है ते इत्थे हैगी है वॉक इन रोब ए रूम हैगा जो साडे नाल रहिंदे ने उहनां दा साडे हाउसमेट्स दा ए वॉशरूम ते यस इत्थे इहनां ने क्यूट क्यूट जी फोटो इत्थे ली साइड आंदी है विंडो रोटी बनाने सारा किचन एरिया है जिथे आप माइक्रोवेव और जो भी किचन स्टफ होंगे वो सारा आप रखा हुआ है तो इतने फ्रिज की स्पेस बनी हुई सी तो उ आप फ्रिज एडजस्ट किया हुआ तो किचन एरिया तो बाद इधरली साइड साडा सारा लिविंग रूम है तो इतने आप बाहर फोटो वॉल बनाई है जिते अदीप मेरी फोटोज है तो बाकी जो हाउसमेट रहते उन्होंने हैगी है सो इतने आप इस एरिया आप डाइनिंग टेबल रखा हुआ है जिदे जो तुहानू हर पंजाबी घर च मिलेगा पर इत्थे रोटी खाने लई नहीं हैगा लोकी रखते हैं इनू या तो समान रखने लई पर असी थोड़ा बहुत डेकोरेशन भी रखे है पर इत्थे आप रोटी कदे नहीं खाते सो इत्थे आपां सोफे रखे हुए हैं तो यह साडा सेंटर टेबल तो बिल्कुल सोफे के सामने हैगा टीवी टीवी के नाल बिल्कुल इतने आप छोटी जी ट्रॉली रखी हुई है जिसके ऊपर फ्लावर पॉट रख के ऊपर बाबा जी की फोटो रखी है जो कि सब तो इंपॉर्टेंट है घर में रखना तो सब तो पहले असी इस घर में बाबा जी की फोटो ही लेके आए थे उस तो बाद असी सारा कुछ हैंग किया है तो इधर कॉर्नर में असी लगाई है क्लॉक वॉल क्लॉक मेटल की हैगी है बड़ी प्यारी जी लगी सी लीती असी सी के मार्ट तो गाइस तुसी जाके ले सकते हो बहुत ही रीजनेबल है और बहुत ही सोहनी लगती है वॉल ते टंगी हुई ऐसा बेड
ਤੇ ਇੱਥੇ ਆਪਾਂ ਛੋਟਾ ਜਿਹਾ ਇਹਨੂੰ ਟੋਲ ਬੋਏ ਤੇ ਨਹੀਂ ਕਵਾਂਗੇ ਸਾਈਡ ਟੇਬਲ ਰੱਖਿਆ ਹੋਇਆ ਆ ਤੇ ਉਹਦੇ ਤੇ ਇੱਥੇ ਕਿਊਟ ਜੀ ਟਰਾਲੀ ਰੱਖੀ ਹੋਈ ਹੈ ਜਸਟ ਫੋਰ ਅ ਡੈਕੋਰੇਸ਼ਨ ਪੀਸ ਤੇ ਅੰਦਰ ਜੋ ਨਾਰਮਲ ਸਟੱਫ ਹੁੰਦਾ ਆ ਡੇਲੀ ਯੂਜ਼ ਦਾ ਉਹ ਸਭ ਇਹ ਸਾਡੀ ਵਾਰਡਰੋਬ ਹੈ ਤੇ ਇਹ ਮੇਨ ਡੋਰ ਦੇ ਨਾਲ ਹੀ ਆਪਾਂ ਫੋਟੋ ਵਾਲ ਬਣਾਈ ਹੋਈ ਹੈ ਜਿਹਦੇ ਵਿੱਚ ਕਿ ਮੇਰਾ ਆਈਡੀਆ ਸੀਗਾ ਮਤਲਬ ਮੈਨੂੰ ਪਸੰਦ ਹੈ ਕਿ ਬਲੈਕ ਫਰੇਮ ਵਿੱਚ ਬਲੈਕ ਐਂਡ ਵਾਈਟ ਫੋਟੋਗ੍ਰਾਫਸ ਜੋ ਕਿ ਸਾਰੀ ਅਦੀਪ ਔਰ ਮੇਰੀਆ ਨੇ ਸੋ ਆਈ ਜਸਟ ਲਵ ਦਿਸ ਵਾਲ ਯਾ ਤੇ ਇੱਥੇ ਆਪਾਂ ਪਿੱਛੇ ਇੱਕ ਮਿਰਰ ਲਗਾਇਆ ਹੈ ਤੇ ਇੱਧਰ ਬਲਾਈਂਡਸ ਹੈ ਤੇ ਵੱਡੀ ਜੀ ਵਿੰਡੋ ਹੈ ਜੋ ਕਿ ਮੈਂ ਕਦੇ ਓਪਨ ਨਹੀਂ ਕਰਦੀ ਤੇ ਸਾਡੇ ਰੂਮ ਦੇ ਬਿਲਕੁਲ ਸਾਹਮਣੇ ਬਾਥਰੂਮ ਹੈ ਤੇ ਇੱਥੇ ਇਨਫਲੇਸ਼ਨ ਤੇ ਵਾਸ਼ ਬੇਸਨ ਤੇ ਬਾਥ ਸਟਬ ਹੈਗਾ ਜੋ ਕਿ ਅਸੀਂ ਬਿਲਕੁਲ ਯੂਜ਼ ਨਹੀਂ ਕਰਦੇ ਤੇ ਸਾਡਾ ਸੈਪਰੇਟ ਟਾਇਲਟ ਹੈ ਸੋ ਇਹ ਸਾਰਾ ਕੁਛ ਨਾਲ ਨਾਲ ਹੀ ਹੈਗਾ ਆ ਤੇ ਇਹ ਅਲੱਗ ਤੋਂ ਇੱਕ ਇੱਧਰਲੀ ਸਾਈਡ ਐਕਸਟਰਾ ਵਾਰਡਰੋਬ ਹੈ ਜਿਹਦੇ ਵਿੱਚ ਐਕਸਟਰਾ ਸਟੱਫ ਰੱਖਿਆ ਹੋਇਆ ਸੀ ਜੋ ਕਿ ਜ਼ਿਆਦਾ ਯੂਜ਼ ਨਹੀਂ ਕਰਦੇ ਜਿੱਥੇ ਕਿ ਆਪਾਂ ਕੋਈ ਬੈੱਡ ਨਹੀਂ ਰੱਖਿਆ ਉਹਨੂੰ ਆਪਾਂ ਬਣਾਇਆ ਡਰੈਸਿੰਗ ਰੂਮ ਅਤੇ ਉਸ ਤੋਂ ਪਹਿਲੇ ਮੈਂ ਦਿਖਾਉਣੀ ਹੈ ਇੱਧਰ ਸਾਡੀ ਲੌਂਡਰੀ ਹੈ ਜੋ ਮੈਂ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਵਾਂਗੀ ਬਿਕੋਜ਼ ਅਸੀਂ ਉਹਨੂੰ ਯੂਜ਼ ਨਹੀਂ ਕਰਦੇ ਹਾਂ ਸੋ ਆਪਾਂ ਚੱਲਦੇ ਹਾਂ ਹੁਣ ਡਰੈਸਿੰਗ ਰੂਮ ਵਿੱਚ ਆਪਾਂ ਇੱਥੇ ਵੱਡਾ ਜਿਹਾ ਡਰੈਸਿੰਗ ਟੇਬਲ ਰੱਖਿਆ ਹੈ ਜਿਹਦੇ ਵਿੱਚ ਸਾਡਾ ਸਾਰਾ ਮੇਕਅਪ ਹੈ ਜੂਲਰੀ ਹੈ ਔਰ ਕਰੀਮਸ ਐਂਡ ਆਲ ਜੋ ਵੀ ਸਟੱਫ ਹੁੰਦਾ ਉਹ ਸਭ ਹੈ ਤੇ ਇੱਥੇ ਆਪਾਂ ਫਿਰ ਰੈਡੀ ਹੁੰਦੇ ਹਾਂ ਬਿਕੋਜ਼ ਰੂਮਸ ਵਿੱਚ ਮਿਰਰ ਅਸੀਂ ਨਹੀਂ ਲਗਾਉਣਾ ਚਾਹੁੰਦੇ ਸੀ ਤੇ ਇਹ ਰੂਮ ਸਾਡੇ ਕੋਲ ਐਕਸਟਰਾ ਸੀਗਾ ਸੋ ਆਪਾਂ ਇਹਨੂੰ ਬਣਾ ਲਿਆ ਹੈ ਡਰੈਸਿੰਗ ਰੂਮ ਬਿਊਟੀ ਰੂਮ ਤੇ ਇਹ ਹੈਗੀ ਹੈ ਸਾਡੀ ਰਿੰਗ ਲਾਈਟ ਜਿਹਦੇ 'ਤੇ ਮੈਂ ਵੀਡੀਓਜ਼ ਬਣਾਉਣੀ ਹਾਂ ਜੋ ਕਿ ਤੁਹਾਨੂੰ ਬਹੁਤ ਜਲਦੀ ਮਿਲਣ ਵਾਲੀ ਹੈ ਦੇਖਣ ਨੂੰ ਟੈਨਸ਼ਨ ਨਹੀਂ ਲੈਣੀ ਤੇ ਇਹ ਵਾਲਾ ਸਾਡੇ ਕੋਲ ਹੁਣੇ ਸਪੇਅਰ ਟੇਬਲ ਸੀਗਾ ਤੇ ਜਿਹੜਾ ਆਪਾਂ ਜ਼ਿਆਦਾ ਯੂਜ ਨਹੀਂ ਕਰਦੇ ਤੇ ਇਹਦੇ ਵਿੱਚ ਆਪਾਂ ਛੋਟਾ ਮੋਟਾ ਸਟੱਫ ਰੱਖ ਲਿਆ ਐਕਸਟਰਾ ਤੇ ਇਹ ਸਾਡਾ ਇੱਕ ਮਿਰਰ ਹੈਗਾ ਛੋਟੂ ਜਿਹਾ ਗਰੂਮ ਮਿਰਰ ਜਿਹਨੂੰ ਆਪਾਂ ਸ਼ਾਇਦ ਮੇ ਬੀ ਵਾਲ ਤੇ ਹੈਂਗ ਕਰਾਂਗੇ ਸੋ ਇਹ ਬੇਸਿਕਲੀ ਰੂਮ ਇੱਦਾਂ ਸਿੰਪਲ ਐਂਡ ਕਲੀਨ ਰੂਮ ਹੈ ਜਿਹਦੇ ਵਿੱਚ ਸਿਰਫ ਡਰੈਸਿੰਗ ਟੇਬਲ ਹੈ ਤੇ ਮੇਕਅਪ ਸਟੱਫ ਹੈ ਦੈਟਸ ਆਲ ਇਸ ਰੂਮ 'ਚ ਵੀ ਵਾਰਡਰੋਬ ਹੈਗੀ ਹੈ ਜਿਵੇਂ ਕਿ ਇਹ ਬੈਡਰੂਮ ਸੀਗਾ ਪਰ ਆਪਾਂ ਇਹਨੂੰ ਡਰੈਸਿੰਗ ਰੂਮ ਬਣਾਇਆ ਤੇ ਇਹ ਵਾਰਡਰੋਬ 'ਚ ਵੀ ਅਸੀਂ ਮਤਲਬ ਮੈਂ ਆਪਣੀ ਜੈਕਟਸ ਔਰ ਡਰੈਸਿਸ ਵਗੈਰਾ ਟੰਗੀਆਂ ਹੋਈਆਂ ਹੈਂਗ ਕੀਤੀਆਂ ਤੇ ਉੱਪਰ ਮੇਰੇ ਸੂਟਸ ਹੈਗੇ ਆ ਵੈਸੇ ਅਸੀਂ ਇਹ ਸੋਫੇ ਰੱਖੇ ਇਸ ਤਰੀਕੇ ਨਾਲ ਬਿਕੋਜ਼ ਸਾਡੇ ਐਲ ਸ਼ੇਪ ਵਿੱਚ ਹੈਗੇ ਆ ਅਤੇ ਪਿੱਛੇ ਹੈਗਾ ਹੈ ਸਾਡਾ ਬੈਕਯਾਰਡ ਜਿੱਥੇ ਅਸੀਂ ਨਹੀਂ ਜਾਂਦੇ ਹਾਂ ਜ਼ਿਆਦਾ ਬਿਕੋਜ਼ ਯੂਜ਼ ਨਹੀਂ ਹੁੰਦਾ ਹੈ ਅਤੇ ਤਾਂ ਕਰਕੇ ਅਸੀਂ ਇੱਥੇ ਆਪਣੇ ਸੋਫੇ ਲਗਾਏ ਸੀ ਪਰ ਅਸੀਂ ਜਦੋਂ ਜਾਣਾ ਹੁੰਦਾ ਤਾਂ ਆਪਾਂ ਲੌਂਡਰੀ ਦੀ ਸਾਈਡ ਤੋਂ ਚਲੇ ਜਾਂਦੇ ਹਾਂ ਪਰ ਤੁਹਾਨੂੰ ਦਿਖਾਉਣ ਲਈ ਮੈਂ ਇੱਥੋਂ ਜਾ ਰਹੀ ਹਾਂ ਸੋ ਆ ਜਾਓ ਇਹ ਸਾਡਾ ਵੱਡਾ ਜਿਹਾ ਬੈਕਯਾਰਡ ਜਿੱਥੇ ਅਸੀਂ ਬਿਲਕੁਲ ਨਹੀਂ ਬੈਠਦੇ ਹਾਂ ਕਿਉਂਕਿ ਅਸੀਂ ਘਰੇ ਤੇ ਇੱਥੇ ਬਹੁਤ ਸਾਰੀ ਗਰਾਸ ਹੁਣ ਉੱਗੀ ਹੋਈ ਹੈ ਕਿਸੇ ਦਿਨ ਬੈਠ ਕੇ ਅਸੀਂ ਕਿਉਂ ਕੱਟਾਂਗੇ ਅਤੇ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਤਿੰਨਾਂ ਸਾਈਡ ਤੋਂ ਓਪਨ ਹੈਗਾ ਹੈ ਇੱਧਰ ਵੀ ਏਰੀਆ ਹੈਗਾ ਹੈ ਸਪੇਸ ਹੈਗੀ ਹੈ ਅਤੇ ਘਰ ਦੇ ਉਸ ਸਾਈਡ ਵੀ ਸਪੇਸ ਹੈਗੀ ਹੈ ਪਰ ਮੈਂ ਉੱਧਰ ਜਾਵਾਂਗੀ ਨਹੀਂ ਜਿੰਨੀ ਸਪੇਸ ਉਸ ਸਾਈਡ ਸੀਗੀ ਓਨੀ ਹੀ ਇਸ ਸਾਈਡ ਹੈ ਅਤੇ ਤਿੰਨਾਂ ਸਾਈਡ ਤੋਂ ਖੁੱਲ੍ਹਾ ਹੈਗਾ ਆਪਣਾ ਘਰ ਅਤੇ ਪਿੱਛੇ ਕਾਫੀ ਵੱਡਾ ਬੈਕਯਾਰਡ ਹੈ ਅਤੇ ਇਹ ਫਲੋਰ ਇਹਦੇ ਲਈ ਆਪਾਂ ਹੁਣ ਕੁਛ ਲੈ ਕੇ ਆਵਾਂਗੇ ਚੇਅਰਸ ਜਾਂ ਮੰਜਾ ਲੈ ਕੇ ਆਵਾਂਗੇ ਬੇਸਿਕਲੀ ਜਿੱਥੇ ਬਹਿ ਕੇ ਬੜੀ ਸੋਹਣੀ ਧੁੱਪ ਆਉਂਦੀ ਹੈ ਜਦੋਂ ਅਤੇ ਉੱਥੇ ਬਹਿ ਕੇ ਇਹ ਧੁੱਪ ਦੇ ਨਜ਼ਾਰੇ ਲਵਾਂਗੇ ਅਸੀਂ ਅਤੇ ਇਹੀ ਡੋਰ ਸੀਗਾ ਜਿੱਥੋਂ ਮੈਂ ਹੁਣੇ ਬਾਹਰ ਆਈ ਸੀ ਅਤੇ ਇੱਥੋਂ ਹੀ ਮੈਂ ਅੰਦਰ ਚਲ ਜਾਣਾ ਆ ਜਾਓ